ਬਹੁਤ ਲੋਕ ਕਹਿ ਰਹੇ ਨੇ ਵੀ ਸਾਨੂੰ ਤਾਂ ਸੱਦਾ ਪੱਤਰ ਨਹੀਂ ਆਇਆ ਹੈਗਾ, ਵੀ ਅਸੀਂ ਨਹੀਂ ਜਾਣਾ ਹੈਗਾ। ਬਹੁਤ ਜਥੇਬੰਦੀਆਂ ਨੇ ਇਹ ਗੱਲ ਕਹੀ ਆ, ਪਰ ਤੁਸੀਂ ਇੱਥੇ ਪਹੁੰਚੇ ਹੋ, ਉਹ ਲੋਕਾਂ ਨੂੰ ਕੀ ਕਹੋਗੇ ਜਿਹੜੇ ਇਹ ਧਾਰਾਵਾਂ ਬਣਾ ਕੇ ਬੈਠੇ ਨੇ? ਵੀਰੇ ਇੱਥੇ ਬੋਲਦੇ ਜਾਣ, ਚਿੱਠੀਆਂ ਲੱਭੀਆਂ, ਲੈਟਰ ਨਹੀਂ ਲੱਭੇ, ਉਹ ਚੂੜੀਆਂ ਪਾ ਕੇ ਬਹਿ ਜਾਓ ਫਿਰ ਘਰਾਂ 'ਚ, ਤੁਹਾਨੂੰ ਲੈਟਰ ਨਹੀਂ ਪਹੁੰਚਣੇ ਤੁਹਾਨੂੰ, ਹੁਣ ਅਸੀਂ ਪਹੁੰਚਾਂਗੇ ਤੁਹਾਨੂੰ ਦੱਸਾਂਗੇ ਤਾਂ ਪਹੁੰਚਦੇ ਫਿਰ। ਹੈਂਡੀਕੈਪ ਭਾਈ ਆਪਾਂ ਦੋ ਪਹੁੰਚੇ, ਆਪਾਂ ਹੋਰ ਵੀ ਭਾਈ ਭੈਣ ਆ ਰਹੇ ਆ ਪਿੱਛੋਂ ਵੀ ਜੀ, ਹੋਰ ਵੀ ਆ ਰਹੇ ਆ ਹੈਂਡੀਕੈਪ ਲੋਕ, ਜੇ ਤੁਸੀਂ ਨਹੀਂ ਅੱਗੇ ਬਣਾ ਅਸੀਂ ਅੱਗੇ ਵਧਾਂਗੇ ਫਿਰ ਜੀ, ਇੱਕ ਤਾਂ ਗੋਲੀ ਖਾਵਾਂਗੇ ਫਿਰ ਜੀ ਆਪਾਂ। ਆ ਗੁਰੂ ਮਹਾਰਾਜ ਥਾਪੜੋ ਸ਼ੇਰ ਹੈ ਜੀ ਵੀਰੇ, ਬੱਬਰ ਸ਼ੇਰ ਹੈ, ਪਿੱਛੇ ਹਟਣਾ ਹੋਇਆ ਨਹੀਂ ਹੈ। ਬੱਬਰ ਸ਼ੇਰਾਂ ਨੂੰ ਬਹੁਤ ਕੁੱਤੇ ਭੌਂਕਦੇ ਆ, ਕਹਿੰਦੇ ਹਾਥੀ ਚੱਲੇ ਬਾਜ਼ਾਰ ਕਈ ਕੁੱਤੇ ਭੌਂਕੇ ਹਜ਼ਾਰ, ਹੈ ਨਾ ਉਹ ਹੀ ਹਿਸਾਬ ਹੈ ਜੀ, ਸ਼ੇਰ ਚੱਲੇ ਹੋਏ ਆ ਜੀ, ਹੁਣ ਪਿੱਛੇ ਨਹੀਂ ਮੁੜਨ ਵਾਲੇ ਜੀ। ਜਿਵੇਂ ਇੱਥੇ ਅਥਰੂ ਗੈਸ ਦੇ ਗੋਲੇ ਸੁੱਟ ਰਿਹਾ ਪ੍ਰਸ਼ਾਸਨ, ਚਲੋ ਜਿਹੜੇ ਮੇਰੇ ਭਾਈ ਠੀਕ ਨੇ ਉਹ ਪਛਾਣ ਵੱਲ ਹੋ ਜਾਂਦੇ ਨੇ, ਤੁਹਾਨੂੰ ਕੋਈ ਚੱਕਰ ਨਹੀਂ ਵੀਰ ਜੀ, ਕੋਈ ਦਿੱਕਤ ਨਹੀਂ ਸਾਨੂੰ ਜੀ, ਅੱਜ ਤਾਂ ਹੁਣ ਵੀ ਇਹ ਤੋਂ ਵੀ ਅੱਗੇ ਵਧਣ ਜਾਂਦੇ ਸੀ, ਪਰ ਸਾਨੂੰ ਜਾਣ ਨਹੀਂ ਦਿੱਤਾ ਜਾ ਰਿਹਾ। ਕੋਈ ਅਥਰੂ ਗੈਸ ਵੱਧ ਤੋਂ ਵੱਧ ਕੀ ਹੋਏਗਾ, ਡੈਥ ਹੋ ਜਾਊਗੀ, ਮਰ ਜਾਵਾਂਗੇ, ਸ਼ਹੀਦੀ ਪਾਵਾਂਗੇ ਨਾ, ਕੋਈ ਚੱਕਰ ਨਹੀਂ ਵੀਰੇ ਇਹਦਾ। ਮਨਮੋਹਨ ਵਾਰਸੋਰਾਂ ਦਾ ਇੱਕ ਗੀਤ ਹੈ, ਕਹਿੰਦੇ ਮਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ, ਬਸ ਹੌਸਲੇ ਬਣਾ ਕੇ ਸਦਾ ਬੰਬ ਰੱਖਿਓ, ਅਸੀਂ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ। ਤਾਂ ਕੁਛ ਕੁ ਲਾਈਨਾਂ ਇਹੋ ਜਿਹੀਆਂ ਹੁੰਦੀਆਂ ਨੇ ਵੀ ਜਿਹੜੀਆਂ ਹਮੇਸ਼ਾ ਦੇ ਲਈ ਅਮਰ ਹੋ ਜਾਂਦੀਆਂ ਨੇ। ਤਾਂ ਸ਼ੰਭੂ ਬਾਰਡਰ ਆ, ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ ਜਿੱਥੇ ਨੌਜਵਾਨ ਵੀਰ ਸਾਡੇ ਬਜ਼ੁਰਗ ਬਾਬੇ ਨੇ ਜਿਹੜੇ ਉਹ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਸੀ। ਤਾਂ ਸਾਡੇ ਨਾਲ ਸਾਡੇ ਦੋ ਭਾਈ ਜੁੜੇ ਨੇ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਹੜੀ ਜਗ੍ਹਾ ਤੋਂ ਆਏ ਹੋ? ਜੀ ਮੈਂ ਹੁਸ਼ਿਆਰਪੁਰ ਤੋਂ ਆਇਆ, ਮੇਰਾ ਨਾਮ ਸ਼ੇਰ ਸਿੰਘ ਹੈ ਜੀ। ਕੀ ਨਾਮ ਹੈ ਜੀ ਆਪਣਾ ਜੀ? ਸ਼ੇਰ ਸਿੰਘ ਵੀਰੇ। ਅਤੇ ਕਦੋਂ ਪਹੁੰਚੇ ਹੋ ਇੱਥੇ? ਵੀਰੇ ਆਪਾਂ ਕੱਲ੍ਹ ਦੇ ਆਏ ਹੋਏ ਹਾਂ ਜੀ ਇੱਥੇ ਹੀ। ਹਾਂ ਕੱਲ੍ਹ ਦੇ ਇੱਥੇ ਹੀ ਹੈ ਜੀ ਆਪਾਂ। ਚਲੋ ਜੋ ਪਰਮਾਤਮਾ ਦਾ ਭਾਣਾ ਹੁੰਦਾ ਹੈ ਨਾ ਉਹ ਮੰਨਣਾ ਪੈਂਦਾ, ਪਰ ਹਾਲਤ ਚੌਖਾ ਨਹੀਂ ਲੱਗਦਾ ਇੰਨੇ ਬੜੀ ਜਿਹੜੀ ਕਹਿ ਦਈਏ ਵੀ ਲੋਕਾਂ ਦੇ ਵਿਚਕਾਰ ਆਉਣਾ? ਨਹੀਂ ਵੀਰੇ ਕੋਈ ਔਖਾ ਨਹੀਂ ਲੱਗ ਰਿਹਾ, ਕਿਉਂਕਿ ਇਹ ਕਿਸੇ ਦੇ ਆਪਣੇ ਗੈਰ ਨਹੀਂ, ਆਪਣੇ ਸਾਰੇ ਆਪਣੇ ਆ ਜੀ, ਇਹ ਸਾਡੇ ਆਪਣੇ ਹੱਕਾਂ ਲਈ ਲੜ ਰਹੇ ਹਾਂ ਵੀਰੇ ਜੀ, ਜੇ ਅਸੀਂ ਅੱਜ ਨਹੀਂ ਲੜੇ ਤਾਂ ਕਦੇ ਵੀ ਨਹੀਂ ਲੜ ਪਾਵਾਂਗੇ ਜੀ। ਕੋਈ ਬਾਤ ਨਹੀਂ ਜੀ, ਆਪਾਂ ਲੱਤੋਂ ਪਾਜ ਹੋ ਗਏ ਨਾ, ਕੋਈ ਚੱਕਰ ਨਹੀਂ, ਪਰ ਦਿਮਾਗੀ ਤੌਰ 'ਤੇ ਚੱਲ ਰਹੇ ਹਾਂ ਨਾ ਆਪਾਂ, ਬਸ ਇਹ ਹੌਸਲਾ ਚਾਹੀਦਾ ਵੀ ਸਾਰੇ ਵਿੱਚ ਆਪਾਂ ਇੱਕ ਆਪਣੀ ਜੋ ਨੌਜਵਾਨ ਪੀੜ੍ਹੀ ਅੱਜ ਵੀ ਘਰਾਂ ਵਿੱਚ ਹੈਗੀ ਹੈ ਵੀਰੇ, ਜੋ ਨਿਕਲ ਨਹੀਂ ਰਹੀ ਘਰ ਤੋਂ ਬਾਹਰ, ਉਹਨੂੰ ਵੀ ਜਗਾਉਣ ਵਾਸਤੇ ਆਇਆ ਵੀ ਹਾਂ ਵੀ ਸੁੱਤੀਆਂ ਜ਼ਮੀਰਾਂ ਨੂੰ ਜਗਾਓ ਵੀਰੇ ਆਪਣੀਆਂ, ਅੱਜ ਤੁਸੀਂ ਜ਼ਮੀਰਾਂ ਨਹੀਂ ਜਗਾਈਆਂ ਤਾਂ ਕਦੇ ਵੀ ਨਹੀਂ ਜਗਾਉਣੀ ਤੁਸੀਂ ਜ਼ਮੀਰਾਂ, ਅੱਜ ਜੰਗੀ ਮੈਦਾਨ ਵਿੱਚ ਆਓ, ਅੱਜ ਪਤਾ ਲੱਗੂਗਾ ਕਿ ਬੇਲੀਆਂ 'ਤੇ ਜ਼ੋਰ ਤਾਂ ਹੈ ਨਾ, ਅੱਜ ਲੱਗੂਗਾ ਪਤਾ ਤੁਹਾਡਾ ਕਿੰਨਾ ਕੁ ਜ਼ੋਰ 'ਚ ਜੀ ਤੁਹਾਨੂੰ। ਹਾਂਜੀ ਹਾਂਜੀ ਵੀਰੇ ਦੱਸੋ। ਤੁਹਾਨੂੰ ਦੇਖ ਕੇ ਹੌਸਲਾ ਹੁੰਦਾ ਜੀ, ਸਾਡਾ ਹੌਸਲਾ ਵੱਧਦਾ ਹੈ, ਚਲੋ ਅਸੀਂ ਡਿਊਟੀ ਕਰ ਰਹੇ ਹਾਂ ਆਪਣੀ। ਅਤੇ ਹੁਣ ਤੁਸੀਂ ਨੇ ਸੁਣਿਆ ਹੋਊਗਾ ਪੰਜਾਬ ਦੇ ਵਿੱਚ ਵੀ ਬਹੁਤ ਲੋਕ ਕਹਿ ਰਹੇ ਨੇ ਵੀ ਸਾਨੂੰ ਤਾਂ ਸੱਦਾ ਪੱਤਰ ਨਹੀਂ ਆਇਆ ਹੈਗਾ, ਵੀ ਅਸੀਂ ਨਹੀਂ ਜਾਣਾ ਹੈਗਾ। ਬਹੁਤ ਜਥੇਬੰਦੀਆਂ ਨੇ ਇਹ ਗੱਲ ਕਹੀ ਆ, ਪਰ ਤੁਸੀਂ ਇੱਥੇ ਪਹੁੰਚੇ ਹੋ, ਉਹ ਲੋਕਾਂ ਨੂੰ ਕੀ ਕਹੋਗੇ ਜਿਹੜੇ ਇਹ ਧਾਰਾਵਾਂ ਬਣਾ ਕੇ ਬੈਠੇ ਨੇ? ਵੀਰੇ ਇੱਥੇ ਬੋਲਦੇ ਜਾਣ, ਚਿੱਠੀਆਂ ਲੱਭੀਆਂ, ਲੈਟਰ ਨਹੀਂ ਲੱਭੇ, ਉਹ ਚੂੜੀਆਂ ਪਾ ਕੇ ਬਹਿ ਜਾਓ ਫਿਰ ਘਰਾਂ 'ਚ, ਤੁਹਾਨੂੰ ਲੈਟਰ ਨਹੀਂ ਪਹੁੰਚਣੇ ਤੁਹਾਨੂੰ, ਹੁਣ ਅਸੀਂ ਪਹੁੰਚਾਂਗੇ ਤੁਹਾਨੂੰ ਦੱਸਾਂਗੇ ਤਾਂ ਪਹੁੰਚਦੇ ਫਿਰ, ਹੁਣ ਕਿਉਂਕਿ ਹੈਂਡੀਕੈਪ ਭਾਈ ਆਪਾਂ ਦੋ ਪਹੁੰਚੇ, ਆਪਾਂ ਹੋਰ ਵੀ ਭਾਈ ਭੈਣ ਆ ਰਹੇ ਆ ਪਿੱਛੋਂ ਵੀ ਜੀ, ਹੋਰ ਵੀ ਆ ਰਹੇ ਆ ਹੈਂਡੀਕੈਪ ਲੋਕ, ਜੇ ਤੁਸੀਂ ਨਹੀਂ ਅੱਗੇ ਬਣਾ ਅਸੀਂ ਅੱਗੇ ਵਧਾਂਗੇ ਫਿਰ ਜੀ, ਇੱਕ ਤਾਂ ਗੋਲੀ ਖਾਵਾਂਗੇ ਫਿਰ ਜੀ ਆਪਾਂ। ਘਰੋਂ ਕੀ ਸੁਣਨ ਨੂੰ ਮਿਲਿਆ ਜਦੋਂ ਕਿਹਾ ਵੀ ਹਾਂ ਮੈਂ ਧਰਨੇ? ਮੇਰੇ ਫਾਦਰ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਪੁੱਤਰ ਤੂੰ ਜਾ, ਕੋਈ ਦਿੱਕਤ ਨਹੀਂ ਤੁਹਾਨੂੰ, ਕੋਈ ਪਰੇਸ਼ਾਨੀ ਨਹੀਂ ਹੈ ਜੀ, ਉਹ ਵੀ ਆਏ ਹੋਏ ਜੀ, ਹਾਂਜੀ ਨਾਲ ਵੱਧ ਰਹੇ ਅੱਗੇ ਤੱਕ ਜੀ। ਹਾਂਜੀ ਕੋਈ ਰੋਕ ਟੋਕ ਨਹੀਂ, ਕੋਈ ਕੁਛ ਨਹੀਂ? ਰੋਕ ਟੋਕ ਨਹੀਂ, ਕਹਿੰਦੇ ਖੁੱਲ੍ਹੇ ਦਿਲ ਨਾਲ ਬੋਲਿਆ ਨੇ ਜਿਵੇਂ ਜਾਓ ਪੁੱਤਰ ਜੀ। ਅੱਜ ਇੱਕ ਪੰਜਾਬ ਦੇ ਨੌਜਵਾਨਾਂ ਦੇ ਸਿਰਾਂ 'ਤੇ ਕਹਿੰਦੇ ਟੈਗ ਲਾਇਆ ਵਾ ਬਹੁਤ ਬੜਾ ਵੀ ਪੰਜਾਬ ਦੇ ਨੌਜਵਾਨ ਨਸ਼ੇੜੀ ਨੇ, ਹੈ ਨਾ, ਆਹ ਇਕੱਠ ਆਹ ਦਸਤਾਰਾਂ ਜਿਹੜੀਆਂ ਇਹਨਾਂ ਦੇ ਸਿਰਾਂ 'ਤੇ ਨੇ, ਹੈ ਨਾ, ਇਹ ਦੱਸ ਰਹੀਆਂ, ਤਾਂ ਕੀ ਉਹ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਟੈਗ ਲਾਉਂਦੇ ਨੇ? ਵੀਰੇ ਉਹ ਤਾਂ ਮੈਂ ਕੀ ਕਹਾਂ, ਉਹਨਾਂ ਜਿਹੜੇ ਹੁੰਦੇ ਨਾ ਨਾਫੁਨ, ਹਾਂ ਉਹੀ ਆ ਵੀਰੇ, ਉਹੀ ਫਿਰ ਉਹੀ ਲੋਕ ਇੱਦਾਂ ਦੇ ਬੋਲਦੇ ਆ। ਗੁਰੂ ਮਹਾਰਾਜ ਥਾਪੜੋ ਸ਼ੇਰ ਹੈ ਜੀ ਵੀਰੇ, ਬੱਬਰ ਸ਼ੇਰ ਹੈ, ਪਿੱਛੇ ਹਟਣਾ ਹੋਇਆ ਨਹੀਂ,
ਬੱਬਰ ਸ਼ਹਿਰਾਂ ਨੂੰ ਬਹੁਤ ਕੁੱਤੇ ਭੌਂਕਦੇ, ਕਹਿੰਦੇ ਹਾਥੀ ਚੱਲੇ ਬਾਜ਼ਾਰ ਕਈ ਕੁੱਤੇ ਭੌਂਕੇ ਹਜ਼ਾਰ, ਹੈ ਨਾ ਉਹੀ ਹਿਸਾਬ ਹੈ ਜੀ, ਸ਼ੇਰ ਚੱਲੇ ਹੋਏ ਆ ਜੀ ਹੁਣ ਪਿੱਛੇ ਨਿਮੋਣਾ ਵਾਲੇ ਜੀ, ਕਿ ਦਿੱਲੀ ਸਰਕਾਰ ਨੂੰ ਦੱਸਾਂਗੇ ਹੁਣ ਪੂਰਾ ਆਪਣਾ ਜਜ਼ਬਾ ਵੀ, ਔਰ ਇਹ ਵੀ ਦੱਸਾਂਗੇ ਕਿੰਨੇ ਕੁ ਨਸ਼ੇ 'ਚ ਕਿੰਨੇ ਕੁ ਪਾਣੀ 'ਚ ਆ ਜੋ ਦੁੱਧ ਦੁੱਧ ਕਰਾਂਗੇ ਪੂਰੇ ਜਿਨ੍ਹਾਂ ਦਾ ਹੁਣ। ਜਿਵੇਂ ਇੱਥੇ ਅਥਰੂ ਗੈਸ ਦੇ ਗੋਲੇ ਸੁੱਟ ਰਿਹਾ ਪ੍ਰਸ਼ਾਸਨ, ਚਲੋ ਜਿਹੜੇ ਮੇਰੇ ਭਾਈ ਠੀਕ ਨੇ ਉਹ ਪਛਾਂ ਵੱਲ ਹੋ ਜਾਂਦੇ ਨੇ, ਤੁਹਾਨੂੰ ਕੋਈ ਚੱਕਰ ਨਹੀਂ ਵੀਰ ਜੀ, ਕੋਈ ਦਿੱਕਤ ਨਹੀਂ ਸਾਨੂੰ ਜੀ, ਅੱਜ ਤਾਂ ਹੁਣ ਵੀ ਇਹ ਤੋਂ ਵੀ ਅੱਗੇ ਵਧਣ ਜਾਂਦੇ ਸੀ, ਪਰ ਸਾਨੂੰ ਜਾਣ ਨਹੀਂ ਦਿੱਤਾ ਜਾ ਰਿਹਾ, ਕੋਈ ਅਥਰੂ ਕਹਿੰਦੇ ਵੱਧ ਤੋਂ ਵੱਧ ਕੀ ਹੋਏਗਾ, ਡੈਥ ਹੋ ਜਾਊਗੀ, ਮਰ ਜਾਵਾਂਗੇ, ਸ਼ਹੀਦੀ ਪਾਵਾਂਗੇ ਨਾ, ਕੋਈ ਚੱਕਰ ਨਹੀਂ ਵੀਰੇ ਇਹਦਾ, ਆਪਾਂ ਪਹਿਲੇ ਘਰੋਂ ਸੋਚ ਕੇ ਆਏ ਹੋਏ ਹਾਂ ਜੀ, ਆਪਾਂ ਘਰਦਿਆਂ ਨੂੰ ਵੀ ਦੱਸਿਆ ਹੋਇਆ ਪੂਰਾ ਜੀ, ਇਹ ਵੀ ਨਹੀਂ ਹਾਂ ਵੀ ਆਪਾਂ ਚੁੱਪ ਕੇ ਆਏ ਚੋਰੀ ਹਾਂ, ਇਹ ਵੀ ਕੋਈ ਚੱਕਰ ਨਹੀਂ ਹੈ ਜੀ, ਪੂਰਾ ਦੱਸ ਕੇ ਆਏ ਹੋਏ ਜੀ, ਡਰ ਤਾਂ ਹੁਣ ਅੰਦਰ ਹੈ ਹੀ ਨਹੀਂ ਵੀਰੇ। ਤੁਹਾਨੂੰ ਦੇਖ ਕੇ ਉਹ ਗੱਲ ਸਾਨੂੰ ਨਾ ਯਾਦ ਆ ਜਾਂਦੀ ਆ ਵੀ ਜਿਵੇਂ ਇੱਕ ਕਿਸਾਨਾਂ ਦਾ ਹੈ ਨਾ ਇੱਕ ਮੋਟੀ ਬਣਾਇਆ ਹੋਇਆ, ਜਾਂ ਜਿੱਤਾਂਗੇ ਜਾਂ ਮਰਾਂਗੇ, ਹੈ ਨਾ, ਤਾਂ ਅਸੀਂ ਕੁਛ ਕੁ ਦੇਖ ਰਹੇ ਹਾਂ ਵੀ ਬੰਦੇ ਹਾਲੇ ਵੀ ਪਛਾਏ ਖੜ੍ਹੇ ਨੇ, ਜਦਕਿ ਕੌਲ ਹੋ ਰਹੀ ਆ ਵੀ ਥੋੜ੍ਹਾ ਜਿਹਾ ਅੱਗੇ ਆ ਜਾਓ, ਪਰ ਹੈ ਨਾ ਕੁਛ ਕੁ ਵੀ ਬਾਬਾ ਜੀ ਹਾਲੇ ਪਿੱਛੇ ਹੋ ਰਹੇ ਨੇ ਲੋਕ, ਪਰ ਆਹ ਵੀਰ ਉਹਨਾਂ ਨੂੰ ਦੇਖ ਕੇ ਲੱਗ ਰਿਹਾ ਵੀ ਉਹ ਜਿਹੜਾ ਨਾਰਾ ਬਣਿਆ ਹੋਇਆ ਵੀ ਉਹ ਸੱਚਾ। ਬਿਲਕੁਲ ਬਿਲਕੁਲ ਵੀਰੇ ਸੱਚਾ ਵੀਰ, ਆਪਾਂ ਜੇ ਮੋਰਚੇ 'ਤੇ ਆਏ ਨਾ ਪਿੱਛੇ ਰਹਿਣ ਲਈ ਨਹੀਂ ਆਏ, ਪਰ ਆਪਾਂ ਇੱਥੇ ਰੋਟੀ ਤੋੜ ਨਹੀਂ ਆਏ, ਰੋਟੀ ਖਾਣ ਨਹੀਂ ਆਏ ਵੀਰੇ, ਅੱਗੇ ਬਦਲ ਲਈ ਆਏ ਹਾਂ ਜੀ, ਅੱਗੇ ਲੜਨ ਲਈ ਆਏ ਹਾਂ ਜੀ, ਜੇ ਆਪਾਂ ਘਰੋਂ ਜੇ ਪੈਰ ਪੱਟਿਆ ਤਾਂ ਫਿਰ ਅੱਗੇ ਲੜਨ ਲਈ ਆਏ ਹਾਂ ਜੀ, ਤਾਂ ਫਿਰ ਪਿੱਛੇ ਰਹਿਣ ਦਾ ਕੀ ਫਾਇਦਾ ਵੀਰੇ, ਅੱਗੇ ਵੱਧ ਕੇ ਆਓ ਨਾ, ਯੋਗਦਾਨ ਪਾਓ ਵਿੱਚ ਆ ਕੇ, ਪਿੱਛੇ ਰਹਿਣਾ ਤਾਂ ਫਿਰ ਉਹ ਹੀ ਕੰਮ ਰਹੇਗਾ, ਡਰਪੋਕਾਂ ਦਾ ਕੰਮ ਹੈ ਪਿੱਛੇ ਰਹਿਣਾ ਜੀ, ਸ਼ੇਰਾਂ ਦਾ ਕੰਮ ਪਿੱਛੇ ਰਹਿਣਾ ਨਹੀਂ ਹੈ ਜੀ, ਸ਼ੇਰ ਅੱਗੇ ਵਧਣਗੇ ਜੀ। ਇੱਕ ਛੋਟੀ ਜਿਹੀ ਅਪੀਲ, ਪਿੱਛੇ ਖੜ੍ਹੇ ਨੇ ਮਤਲਬ ਇੱਕ ਟਰਾਲੀ ਦੇ ਵਿੱਚ ਜੇ ਮਤਲਬ 10-15 ਬੰਦੇ ਆਏ ਨੇ, ਉਹਨਾਂ ਦੇ ਵਿੱਚ ਇੱਕ ਡਰਾਈਵਰ ਛੱਡਿਆ ਜਾਂ ਬਜ਼ੁਰਗ ਛੱਡਿਆ? ਨਹੀਂ ਨਹੀਂ ਬਾਬਾ ਜੀ ਆਪਣਾ, ਹਾਂਜੀ ਹਾਂਜੀ ਮੈਂ ਮੰਨਦਾ, ਪਰ ਮੈਂ ਦੇਖੋ ਆਪਾਂ ਤਾਂ ਤੁਹਾਡੇ ਸਾਥ ਆਈ ਆਪਣਾ, ਤਾਂ ਕਿਲੋਮੀਟਰ ਤੋਂ ਪਿੱਛੋਂ ਮੈਂ ਤੁਰ ਕੇ ਆਇਆ ਇੱਥੇ, ਅਸੀਂ ਸਵੇਰ ਦੇ ਆਏ ਹਾਂ ਇੱਥੇ, ਪਹਿਲੇ ਟਾਈਮ ਦੇ ਵਿੱਚ ਹੀ ਆਏ ਹਾਂ, ਹਾਂਜੀ ਅਤੇ ਅਸੀਂ ਤਾਂ ਡੇ ਹਾਂ ਵੇਖਣ, ਮੈਂ ਹੁਣ ਕੀ ਕਰਦੇ ਨੇ, ਜਦੋਂ ਕਰਨਗੇ ਉਦੋਂ ਵੇਖਾਂਗੇ, ਅਸੀਂ ਆਪਣੇ ਬੰਦੋਬਸਤ ਕੀਤੇ ਨੇ ਸਾਰਾ ਕੁਝ, ਅੱਗੇ ਹੋਰ ਵੀ ਹੋ ਸਕਦਾ ਸਾਡੇ ਕੋਈ ਸਾਧਨ ਹੋਣ ਇਹੋ ਜਿਹੇ, ਅਤੇ ਇਹ ਨਹੀਂ ਬਾਕੀ ਇਹ ਭਰਾ ਜਿਹੜਾ ਵਾ ਇਹਦੇ ਵੱਲ ਵੇਖ ਕੇ ਹੀ ਉਹਨਾਂ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਵੇਖੋ ਇੱਕ ਬੰਦਾ ਹੈ ਮਜਬੂਰ ਬੰਦਾ, ਉਹ ਬੰਦਾ ਜੇ ਆ ਸਕਦਾ ਤਾਂ ਅਸੀਂ ਕੀ ਕਰਨ ਦੇ ਹਾਂ ਉਹਨਾਂ ਵਾਸਤੇ। ਆਪਣਾ ਕਿਸਾਨ ਅੱਜ ਵੀ ਕੋਈ ਹਥਿਆਰ ਲੈ ਕੇ ਨਹੀਂ ਆਇਆ ਵੀਰੇ, ਸਗੋਂ ਪਾਣੀ ਦੀਆਂ ਬੋਤਲਾਂ ਰਾਸ਼ਨ ਲੈ ਕੇ ਆਇਆ ਵੀਰੇ, ਅੱਜ ਵੀ ਪ੍ਰਸ਼ਾਦ ਦੇ ਲੰਗਰ ਲਾ ਰਿਹਾ ਵੀਰੇ, ਉਹ ਕਿਸਾਨ ਆਪਣਾ ਕੋਈ ਵੀ ਅਸਲਾ ਲੈ ਕੇ ਨਹੀਂ ਆਇਆ ਵੀ ਹਾਂ ਵੀ ਦੇਖ ਲਓ ਸਾਡੀ ਟਰਾਲੀਆਂ ਵੀ ਚੈੱਕ ਕਰ ਲਓ ਵੀ ਜੇ ਕੋਈ ਅਸਲਾ ਲੈ ਕੇ ਆਇਓ, ਪਰ ਇਹਨਾਂ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਸਾਡੇ ਨਾਲ ਕਿਹੜਾ ਵਤੀਰਾ ਕਰ ਰਿਹਾ ਹੈ ਨਾ ਅੱਗੇ ਜਾ ਕੇ, ਸਾਡੇ ਤਾਂ ਅੰਸੂ ਗੋਲੇ ਦੇ ਗੈਸ ਗੋਲੇ ਛੱਡ ਰਹੇ ਹਾਂ, ਗੋਲੀ ਚਲਾ ਰਹੇ ਹਾਂ, ਇਹਨਾਂ ਦੇ ਵੀ ਥੋੜ੍ਹਾ ਦਿਸਣਾ ਚਾਹੀਦੀ, ਇਹੀ ਜੋ ਅੱਜ ਅੰਸੂ ਗੋਲੇ 'ਤੇ ਇਹਨਾਂ ਖਰਚ ਕੀਤਾ ਬੈਗਰੇਟਾਂ 'ਤੇ ਖਰਚ ਕੀਤਾ ਨੇ, ਇੰਨਾ ਜੇ ਆਪਣੀ ਪੰਜਾਬ ਜਨਤਾ 'ਤੇ ਕਰਦੇ ਨਾ ਤਾਂ ਕਿੰਨਾ ਫਾਇਦਾ ਹੋਣਾ ਸੀ, ਕਿੰਨੀ ਆਬਾਦੀ ਉਹ ਹੋਣਾ ਸੀ ਹੈ ਨਾ, ਨਹੀਂ ਉਹ ਨਹੀਂ ਨਾ ਜਾਪਿਆ, ਪਰ ਉਹ ਨੁਕਸਾਨ ਝੱਲ ਰਹੇ ਇਹਨਾਂ ਨੇ, ਉਹ ਬਣਾ ਲਿਆ ਨੇ ਨੁਕਸਾਨ ਕਰ ਲਿਆ ਨਾ, ਪਰ ਇਹ ਨਹੀਂ ਦੇਖਿਆ ਵੀ ਜਨਤਾ ਕਿੰਨੀ ਪਰੇਸ਼ਾਨ ਹੋ ਰਹੀ ਹੈ, ਜੇ ਸਾਡੀ ਸੁਣੋਗੇ ਤਾਂ ਫਿਰ ਅੱਜ ਤਾਂ ਅੱਗੇ ਵਧਾਂਗੇ ਨਾ ਫਿਰ। ਕੁਛ ਕੁ ਵੀਰੇ ਇਹ ਪ੍ਰਸ਼ਾਸਨ ਆ ਗੰਦੀਆਂ ਖੇਡਾਂ ਲੱਗ ਗਿਆ ਖੇਡਣ, ਇਹ ਜਿਹੜੇ ਗੋਲੇ ਵੀ ਦਾਗ ਰਹੇ ਹਨ ਇਹ ਐਕਸਪਾਇਰੀ ਡੇਟ ਵਾਲੇ ਦਾਗ ਰਹੇ ਹੈ ਵੀ ਜਿਹਦੇ ਨਾਲ ਜ਼ਿਆਦਾ ਬੁਰਾ ਹਾਲ ਹੋ। ਹਾਂ ਗੰਦੀਆਂ ਸਰਕਾਰਾਂ ਗੰਦੇ ਕੰਮ ਕਰਨਗੀਆਂ ਜੀ, ਵਧੀਆ ਕੰਮ ਤਾਂ ਨਹੀਂ ਕਰਨਗੀਆਂ ਜੀ, ਉਹੀ ਕੰਮ ਕਰ ਰਹੀਆਂ ਉਹ ਜੀ, ਹਾਂਜੀ ਕੋਈ ਡਰ ਨਹੀਂ ਇਹਨਾਂ ਦਾ ਜੀ, ਕੋਈ ਚੱਕਰ ਨਹੀਂ ਜੀ। ਠੀਕ ਹੈ ਜੀ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ। 100 ਬੰਦਾ ਘਾਇਲ ਹੋ ਗਿਆ ਕੱਲ੍ਹ, ਭਾਵੇਂ ਐਕਸਪਾਇਰੀ ਸੁੱਟੇ ਨੇ, ਪਰ ਇਹਨਾਂ ਨੂੰ ਇਹ ਬਣਦਾ ਥੋੜ੍ਹੀ ਹੈ, ਅਸੀਂ ਤਾਂ ਇੰਡੀਆ ਦਾ ਹੀ ਪਾਰਟ ਆ, ਮੇਨ ਤਾਂ ਸਾਡੀ ਹੈ ਜਿਹੜੀ ਕੁਰਬਾਨੀ ਹੈਗੀ ਹੈ, ਸਾਨੂੰ ਇਸ ਤਰ੍ਹਾਂ ਦਾ ਕਰਨ ਦੇ ਨੇ ਤਾਂ ਫਿਰ ਦੱਸੋ ਕੀ ਕਰ ਸਕਦਾ ਬੰਦਾ, ਜੇ ਇਸ ਤਰ੍ਹਾਂ ਕਰਨਗੇ ਤਾਂ ਅਸੀਂ ਤਾਂ ਆਉਂਦੇ ਹਾਂ ਫਿਰ, ਜੇ ਖਾਲਿਸਤਾਨ ਆਖਣ ਤਾਂ ਫਿਰ ਅਸੀਂ ਤਾਂ ਆਉਂਦੇ ਹਾਂ ਵੀ ਸਾਨੂੰ ਖਾਲਿਸਤਾਨ ਚਾਹੀਦਾ, ਅਸੀਂ ਫਿਰ ਕਿਉਂ ਰਹੀਏ ਇਹਦੇ ਨਾਲ ਹਿੰਦੁਸਤਾਨ।
ਮਤਲਬ ਉੱਧਰ ਲਾਦਾ ਜੇ ਸਾਡੇ ਹੁਣ ਦਸਤਾਰਾਂ ਬੰਨੀਆਂ ਸਿੱਖਾਂ ਨੂੰ, ਉੱਧਰ ਇਹ ਅੱਤਵਾਦੀ ਜਾਂ ਵੱਖਵਾਦੀ ਸੌ ਕੁਛ ਮਤਲਬ ਬੋਲਦੇ ਆ। ਸਾਡਾ ਹਰਿਆਣਾ ਦੇ ਭਰਾ ਹਰਿਆਣਾ ਪੰਜਾਬ ਹੱਕ ਮੰਗਦੇ ਆ, ਜੇ ਕੋਈ ਦੰਗੇ ਪਛਾਤ ਹੁੰਦੇ ਫਿਰ ਹੈ ਹੱਕਾਂ ਲਈ ਮੰਗ ਸਕਦੇ ਆ, ਸੰਵਿਧਾਨ ਦੇ ਵਿੱਚ ਲਿਖਿਆ ਸਭ ਕੁਛ, ਅਤੇ ਹੱਕਾਂ ਲਈ ਸਾਡੇ ਮਤਲਬ ਹਰਿਆਣੇ ਦੀ ਹੱਦ ਹੈ, ਸਿੱਟੀਏ ਪੰਜਾਬ 'ਚ ਜਾਂਦੇ ਆ, ਜਿਸ ਵੇਖੋ ਵੀ ਕਿੱਥੇ ਪੰਜਾਬ 'ਚ ਕੋਈ ਹੱਕ ਹੈ। ਲੋਕਤੰਤਰ ਦਾ ਘਾਣ ਹੋ ਰਿਹਾ, ਘਾਣ ਕਰੀ ਜਾਂਦੇ ਇਹ ਹੈ ਪੰਜਾਬ ਦੇ, ਵੇਖੋ ਜਾ ਕੇ ਅਤੇ ਪੰਜਾਬ ਦੇ ਵਿੱਚ ਅਸੀਂ ਐਂਟਰ ਹੈ, ਉਹਦੇ ਵਿੱਚ ਲਿਆ ਕੇ ਇਹ ਮਤਲਬ ਜਿਹੜੇ ਡਰੋਨ ਰਾਹੀਂ ਇਹ ਸਾਡੇ ਅਥਰੂ ਗੈਸ, ਤਿੰਨ ਸਾਡੇ ਮੁੰਡੇ ਦੋ ਤਿੰਨ ਸ਼ਹੀਦ ਹੋ ਗਏ, 200 ਤੋਂ ਬਾਅਦ ਸਾਡੇ ਮਤਲਬ ਭਰਾ ਜ਼ਖਮੀ ਹੋ ਗਏ ਹੈ। ਇਹ ਹੰਕਾਰੀ ਪੁਰਸ਼ ਨਹੀਂ, ਹੋਰ ਕੀ ਹੈ ਇਹ, ਅਸੀਂ ਦਬਦਬਾ ਨਾਲ ਲਿਜਾ ਕੇ ਲੋਕਾਂ ਨੂੰ ਦਬਾਉਣਾ ਚਾਹੁੰਦਾ ਇਹ ਖੱਟਣ ਸਰਕਾਰ ਤਾਂ ਇਹ ਹੈ। ਹਰਿਆਣਾ ਦੇ ਸਾਡੇ ਜਿਹੜੇ ਭਾਈ ਉਹਨਾਂ ਨੂੰ ਲਿਆ ਕੇ ਇਕੱਠਾ ਦਫਾ 44 ਲਾਤੀ, ਕਦੇ ਕੁਛ ਲਾਤਾ, ਉਹਨਾਂ ਨੂੰ ਮਤਲਬ ਬੰਦ ਕਰੀ ਬੈਠਾ ਇਹ, ਪਰ ਨਾ ਇਹ ਅੱਜ ਤਾਈਂ ਟਲੇ ਆ, ਨਾ ਟਨ ਗੁਰੂ ਗੋਬਿੰਦ ਸਿੰਘ ਦੇ ਆ ਜਿਹਨੇ ਮੇਰੇ ਬਾਪੂ ਨੇ ਸਰਵੰਸ ਵਾਰਿਆ, ਪਰਿਵਾਰ ਵਾਰਿਆ, ਮਰਨਾ ਹੀ ਆਏ ਹੈ, ਕੋਈ ਇੱਥੇ ਮੱਥਾ ਮਤਲਬ ਚਾਹ ਲਈ ਇੱਥੇ ਆਏ ਨਹੀਂ, ਜਾਂ ਕੋਈ ਸੌਂਕ ਲਈ ਆਏ ਹੈ, ਮਰਨਾ ਹੀ ਹੈ, ਮਰਨ ਹੀ ਜਾਣੇ ਆ। ਹੋ ਸਕਦਾ ਕੁਛ ਵੀ, ਇਹ 'ਚ ਮੌਤ ਵੀ ਹੋ ਸਕਦੀ ਹੈ, ਜੇਲ੍ਹ ਵੀ ਜਾ ਸਕਦੇ ਹਾਂ, ਥਾਣਿਆਂ ਜਾ ਸਕਦੇ ਹਾਂ, ਕੁਛ ਵੀ ਹੋ ਸਕਦਾ, ਇਹ ਤਾਂ ਸਾਰਾ ਕੁਛ ਹੈਗਾ ਹੀ ਹੈ ਨਾ। ਤਾਂ ਇਹ ਪਹਿਲਾ ਕਾਫਲਾ ਜਿਹੜਾ ਹੁੰਦਾ ਵੈ, ਅਤੇ ਉਹ ਇਸ ਤਰ੍ਹਾਂ ਨਹੀਂ ਆ ਜਾਂਦਾ ਵੀ ਐਵੇਂ ਨਡਾਰੀ ਬੰਦੇ ਆ ਗਏ ਨੇ। ਹੁਣ ਮੈਂ ਨੌਕਰੀ ਕਰਕੇ ਆਇਆ ਫੌਜ ਦੀ, ਮੈਂ 26-27 ਸਾਲ ਨੌਕਰੀ ਕਰਕੇ ਆਇਆ, ਮੈਂ ਸਾਰੀਆਂ ਚੀਜ਼ਾਂ ਵੇਖੀਆਂ, ਇਹਨਾਂ ਨੂੰ ਤਾਂ ਅਸੀਂ ਬਚਾਉਂਦੇ ਰਹੀਨੇ, ਅਤੇ ਹੁਣ ਸਾਨੂੰ ਆਪਣੀ ਖੁਦ ਲੜਾਈ ਲੜਨੀ ਪੈਣ ਦੀ ਹਾਂਜੀ, ਫਿਰ ਅਸੀਂ ਡਰੀਏ ਕਿੱਦਾਂ। ਇੱਕ ਨਹੀਂ ਇੱਥੇ ਮੇਰਾ ਖਿਆਲ ਹਜ਼ਾਰਾਂ ਕਿਸਾਨ ਨੇ ਜਿਹੜੇ ਵਿੱਚ ਆਏ ਨੇ, ਜਿਹੜੇ ਇਹ ਅੰਦੋਲਨ ਦੇ ਵਿੱਚ ਆਏ ਨੇ, ਜਿਹੜੇ ਕੋਈ ਆਰਮੀ 'ਚੋਂ ਆ, ਕੋਈ CRP 'ਚੋਂ ਆ, ਕੋਈ BSF ਦੇ ਵਿੱਚੋਂ ਆ, ਕੋਈ ਕਿਸੇ 'ਚੋਂ, ਮਤਲਬ ਤਕਰੀਬਨ ਹੀ, ਅਤੇ ਸਾਰਿਆਂ ਨੂੰ ਪਤਾ ਵਾ ਵੀ ਇਹਦਾ ਇਲਾਜ ਕੀ ਕਰਨਾ ਇਹਨਾਂ ਦਾ ਅਸੀਂ, ਪਰ ਇਹ ਵੀ ਅਸੀਂ ਇਨਸਾਸਨ ਤੋਂ ਬਾਹਰ ਨਹੀਂ ਜਾ ਸਕਦੇ, ਸਾਨੂੰ ਤਰੀਕੇ ਦਾ ਥੋੜ੍ਹਾ ਜਿਹਾ ਪਤਾ ਹੁੰਦਾ ਵਾ, ਅਸੀਂ ਰਹਿਣਾ ਉਸ ਤਰੀਕੇ ਨਾਲ ਵੀ ਜਿਸ ਤਰ੍ਹਾਂ ਦਾ ਕਰਦੇ ਨੇ ਵਰਤਾਓ ਉੱਦਾਂ ਦਾ ਕਰੀ ਜਾਓ, ਅਤੇ ਵਧੀਕੀ ਅਸੀਂ ਕਰ ਨਹੀਂ ਸਕਦੇ, ਇਹੋ ਹੀ ਹੈ। ਬਾਕੀ ਇਹੋ ਹੀ ਲਾਠੀਆਂ ਨੇ ਸਾਡੇ ਕੋਲ, ਇਹ ਜੇ ਬਹੁਤਾ ਕੁ ਸਿਰ ਚੜ੍ਹ ਜਾਏਗਾ ਤਾਂ ਫਿਰ ਬੋਰੀ ਕੱਢਾਂਗੇ ਅਤੇ ਉਹਦੇ ਝਾੜ ਦਾਂਗੇ, ਅਤੇ ਹੈ ਤੁਹਾਨੂੰ ਪਤਾ ਹੀ ਹੈ ਫਿਰ ਜਿੱਦਾਂ ਦੀ ਹੁੰਦੀ ਹੈ ਫੋਰਸ ਪੰਜਾਬੀਆਂ ਦੇ ਮੂਹਰੇ ਦਾ ਕਿਹੜੀ ਚੀਜ਼ ਅੜੀ ਹੈ ਜੀ। ਠੀਕ ਆ ਬਾਪੂ ਜੀ, ਧੰਨਵਾਦ ਬਹੁਤ ਬਹੁਤ ਜੀ, ਠੀਕ ਆ ਵੀਰ ਜੀ, ਸੇਵਾ 'ਚ ਹਾਜ਼ਰ ਰਹਾਂਗੇ ਤੁਹਾਡੀ ਜੀ, ਜਿੰਨਾ ਕੁ ਹੁਕਮ ਹੋਇਆ ਕਰਿਓ ਜ਼ਰੂਰ। ਤਾਂ ਇਹ ਦੇਖ ਸਕਦੇ ਹੋ ਵੀ ਕਿਵੇਂ ਸਾਡੇ ਦੋ ਭਾਈ ਜਿਹੜੇ ਕਹਿ ਦਈਏ ਵੀ ਲੱਤਾਂ ਤੋਂ ਸਮਰੱਥ ਨੇ, ਪਰ ਜਜ਼ਬਾ ਖੂਨ ਦੇ ਵਿੱਚ ਜਿਹੜਾ ਪਰਮਾਤਮਾ ਨੇ ਬਖਸ਼ ਕੀਤੀ ਆ ਵੀ ਪੰਜਾਬੀਆਂ ਨੇ ਦਬਣਾ ਨਹੀਂ ਨਾ ਦਵੇ ਆ, ਤਾਂ ਇਹ ਜਜ਼ਬਾ ਆਹ ਦੇਖ ਸਕਦੇ ਹੋ ਵੀ ਆਹ ਸ਼ੰਭੂ ਬਾਰਡਰ 'ਤੇ ਸੜਕਾਂ 'ਤੇ ਬੈਠਾ, ਪ੍ਰਸ਼ਾਸਨ ਜ਼ੋਰ ਲਾ ਰਿਹਾ ਪਿੱਛੇ ਹਟਾਉਣ ਦਾ, ਪਰ ਸਾਡੇ ਭਾਈ ਨੇ ਜਿਹੜੇ ਇੱਥੋਂ ਹਟਣ ਦਾ ਨਾਮ ਨਹੀਂ ਲੈ ਰਹੇ, ਮੋਰਚਾ ਜਿਹੜਾ ਉਹਨੂੰ ਫਤਿਹ ਕਰਕੇ ਜਾਣ।